ਪੰਜਾਬ ਬੁਰੀ ਤਰ੍ਹਾਂ ਕਰੋਨਾ ਦੀ ਲਪੇਟ ਚ ਆਇਆ ਔਰ ਪੰਜਾਬੀ ਹਰੇਕ ਪੰਜਾਬੀ ਕੋਈ ਆਵਾਜ਼ ਸੁਣਨੀ ਚਾਹੁੰਦਾ ਕੋਈ ਐਦਾਂ ਦੀ ਆਵਾਜ਼ ਸੁਣਨੀ ਚਾਹੁੰਦਾ ਜਿਹੜੀ ਪੰਜਾਬੀਆਂ ਨੂੰ ਹੌਸਲਾ ਦੇਵੇ ਜਿਹੜੀ ਪੰਜਾਬੀਆਂ ਨੂੰ ਸੇਧ ਦੇਵੇ ਜਿਹੜੀ ਪੰਜਾਬੀਆਂ ਨੂੰ ਕੋਈ ਸੁਖਦ ਖਬਰ ਸੁਣਾਵੇ ਵੀ ਕਰੋਨਾ ਕਦੋਂ ਸਾਡਾ ਖਹਿੜਾ ਛੱਡੇਗਾ ਔਰ ਅਸੀਂ ਸ਼ੁਕਰਗੁਜ਼ਾਰ ਹਾਂ ਅੱਜ ਸਾਡੇ ਨਾਲ ਮੌਜੂਦ ਨੇ ਡਾਕਟਰ ਕੇਕੇ ਤਲਵਾਰ ਜੀ ਜਿਹੜੇ ਪੰਜਾਬ ਵਿੱਚ ਚੱਲ ਰਹੀ ਮਹਾਮਾਰੀ ਨੂੰ ਪਹਿਲੇ ਦਿਨ ਤੋਂ ਦੇਖ ਰਹੇ ਨੇ ਤੁਹਾਡਾ ਤੁਹਾਡਾ ਸਵਾਗਤ ਹੈ ਤੁਸੀਂ ਸਾਨੂੰ ਸਮਾਂ ਦਿੱਤਾ ਸਿੱਧਾ ਸਵਾਲ ਕਰਦਾ ਸਾਡੇ ਪੰਜਾਬ ਦਾ ਕੀ ਹਾਲ ਹੈ ਦੇਖੋ ਜੋ ਪੰਜਾਬ ਚ ਆਪਾਂ ਦੇਖ ਰਹੇ ਹਾਂ ਅੱਜ ਕੱਲ ਇਹ ਸਾਰੀ ਜਗਾ ਹੋ ਰਿਹਾ ਤੁਸੀਂ ਇਹਨਾਂ ਸਮਝੋ ਕਿ ਪੰਜਾਬ ਇਕੱਲਾ ਹੈ ਮੈਂ ਕਹਿੰਦਾ ਹੈ ਕਿਈ ਸੂਬਿਆਂ ਨਾਲੋਂ ਤਾਂ ਪੰਜਾਬ ਫਿਰ ਵੀ ਬੈਟਰ ਹੈ ਤੁਸੀਂ ਦਿੱਲੀ ਦਾ ਹਾਲ ਦੇਖੋ ਕਿੰਨੀ ਬੜਾ ਜਗ੍ਹਾ ਹੈ ਕਿਆ ਹੈਲਥ ਫੈਸਿਲਿਟੀਆਂ ਹਉਂਦੀ ਕਿੰਨਾ ਇਨਫਰਾਸਟ੍ਰਕਚਰ ਹੈ ਕੀ ਹਾਲ ਹੋ ਰਿਹਾ ਹੈ ਦਿੱਲੀ ਦਾ ਪਰ ਡਾਕਟਰ ਸਾਹਿਬ ਆਪਾਂ ਦਿੱਲੀ ਨਾਲ ਕੰਪੇਅਰ ਕਰਕੇ ਮੈਂ ਕੰਪੇਅਰ ਨਹੀਂ ਕਰ ਰਿਹਾ ਮੇਰਾ ਸਿਰਫ ਕਹਿਣ ਦਾ ਮਤਲਬ ਹੈ ਕਿ ਸਾਰੀ ਜਗ੍ਹਾ ਹੋ ਰਿਹਾ ਇਸ ਨੂੰ ਆਪਾਂ ਨੂੰ ਇਹ ਥੋੜਾ ਦੇਖਣਾ ਹੈ ਕਿ ਕੋਈ ਕੰਟਰੀ ਦੇ ਆਲਮੋਸਟ ਅੱਧੇ ਤੋਂ ਜ਼ਿਆਦਾ ਸੂਬਿਆਂ ਦੇ ਵਿੱਚ ਪ੍ਰੋਬਲਮ ਹੋ ਰਹੀ ਹੈ ਓਕੇ ਠੀਕ ਹੈ ਨਾ ਤੋ ਆਪਣੇ ਸਾਰਿਆਂ ਨੂੰ ਇੱਕ ਸਟੈਪ ਲੈਣੇ ਪੈਣਗੇ ਜਦੋਂ ਆਪਾਂ ਅਗਰੇ ਤੋਂ ਬਾਹਰ ਆਣਾ ਹੈ ਕਿਉਂਕਿ ਦੇਖੋ ਤੁਸੀਂ ਇੱਕ ਸਟੇਟ 'ਚ ਕੋਈ ਜ਼ਿਆਦਾ ਸਟੈਪ ਲਾਓਗੇ ਕੱਟ ਜਾਏਗਾ ਬਟ ਟਰੈਵਲਿੰਗ ਤਾਂ ਚਲਦੀ ਰਹਿੰਦੀ ਹੈ। ਓਕੇ। ਤਾਂ ਫਿਰ ਇਹ ਟਰਾਂਸਮਿਟ ਹੋਏਗਾ। ਤੇ ਮੇਰਾ ਕਹਿਣਾ ਸਿਰਫ ਇਹ ਹੈ ਕਿ ਇਹ ਜਿਹੜੀ ਇਸ਼ੂ ਹੈ ਇਹ ਨੈਸ਼ਨਲ ਇਸ਼ੂ ਹੈ। ਔਰ ਇਹ ਨੈਸ਼ਨਲ ਲੈਵਲ ਦੇ ਮਤਾਬਕ ਆਪਾਂ ਨੂੰ ਸਾਰਿਆਂ ਨੂੰ ਸਾਰੀ ਕੰਟਰੀ ਨੂੰ ਮਿਲ ਕੇ ਇਹਨੂੰ ਹੈਂਡਲ ਕਰਨਾ। ਨੈਸ਼ਨਲ ਦੀ ਗੱਲ ਕਰ ਲਈਨੇ ਇੱਕ ਰਿਪੋਰਟ ਆਈ ਹੈ ਤੁਸੀਂ ਉਹਨੂੰ ਪਰਚੋਲਿਆ ਹੋਊਗਾ। ਉਹਦੇ 'ਚ ਇਹ ਸੀ ਵੀ 7 ਮਈ ਤੱਕ ਸਿਖਰ ਆਉਣ ਤੋਂ ਬਾਅਦ ਇਹ ਟਲ ਸਕਦੀ ਹੈ ਨਾਲ ਇਹ ਵੀ ਗੱਲ ਕਹੀ ਸੀ ਵੀ ਨਹੀਂ ਤੇ ਮਈ ਦੇ ਤੀਸਰੇ ਹਫਤੇ ਤੱਕ ਕਰੋਨਾ ਦਾ ਸਿਖਰ ਰਹੇਗਾ ਕੀ ਹੈ ਥੋੜਾ ਇਹਦੇ ਬਾਰੇ ਦੇਖੋ ਐਸਾ ਹੈ ਕਿ ਇਹ ਜਿਹੜੀ ਪ੍ਰੈਡਿਕਸ਼ਨ ਹੈ ਵੀ 2 ਤੋਂ 15 ਅੰਕ ਤੱਕ ਥੋੜਾ ਪੀਕ ਆਏਗੀ ਫਿਰ ਘਟੇਗਾ ਇਸ ਤਰ੍ਹਾਂ ਦਾ ਪ੍ਰੈਡਿਕਸ਼ਨ ਹੈ ਬਟ ਦੇਖੋ ਇੱਕ ਚੀਜ਼ ਹੋਰ ਹੈ ਇਹ ਜਿਹੜੀਆਂ ਸਾਰੀਆਂ ਨਾ ਇਹ ਮੈਥਮੈਟਿਕਲ ਪ੍ਰੈਡਿਕਸ਼ਨਸ ਹਨ ਜਿਵੇਂ ਕਹਿੰਦਾ ਇਹ ਵੀ ਇੱਕ ਤਰ੍ਹਾਂ ਦੀ ਮੈਥਮੈਟਿਕਲ ਅਮੇ ਸਟ੍ਰੋਲੋਜੀ ਹੈ ਕਿੰਨਾ ਕੁ ਯਕੀਨ ਕਰ ਸਕਦੇ ਹਿੱਸੇ ਨਹੀਂ ਦੇਖੋ ਯਕੀਨ ਤਾਂ ਇਹ ਮਤਲਬ ਇਹ ਵੀ ਇਹ ਕਿਸੇ ਜੇ ਕਿਸ ਤਰ੍ਹਾਂ ਦੀ ਗਰੋਥ ਹੋ ਰਹੀ ਹੈ ਕਿਵੇਂ ਕਿਵੇਂ ਗਰੋ ਕਰ ਰਿਹਾ ਹੈ ਉਹਦੇ ਮੁਤਾਬਕ ਕੈਲਕੂਲੇਟ ਕੀਤਾ ਜਾਂਦਾ ਹੈ ਬਟ ਇਹਦੇ ਵਿੱਚ ਇੱਕ ਕੇਵੇਟ ਹੁੰਦਾ ਤੁਸੀਂ ਅਗਰ ਪ੍ਰੀਕਾਸ਼ਨ ਲੈ ਲਓ ਪੂਰੀਆਂ ਜ਼ਿਆਦਾ ਉਹ ਚੀਜ਼ ਘੱਟ ਵੀ ਸਕਦੀ ਹੈ ਨਹੀਂ ਲੋਗੇ ਤਾਂ ਵੱਧ ਵੀ ਸਕਦੀ ਹੈ ਸੋ ਇਸ ਕਰਕੇ ਜਿਹੜੀ ਸੈਕਿੰਡ ਵੇਵ ਆਈ ਹੈ ਤੁਹ ਦੇਖਿਆ ਜਾਵੇ ਅਗਰ ਠੀਕ ਹੈ ਵੀ ਬੋਰ ਪ੍ਰੋਬੇਬਲੀ ਸਾਰਨ ਲੱਗਿਆ ਕਿ ਵੀ ਜਨਵਰੀ ਫਰ ਵੀ ਦਸੰਬਰ ਚ ਦਰਸੀ ਵੀ ਠੰਡ ਤੇ ਆ ਰਹੀ ਹੈ ਤਿਹਾਰ ਆ ਰਹੇ ਲੋਕ ਇਕੱਠੇ ਹੋਣਗੇ ਅੰਦਰ ਬੈਠਣਗੇ ਦਰਸੀ ਵੀ ਉਸਪੇ ਲੈ ਸੈਕਿੰਡ ਵੇ ਵਾਈ ਉਸ ਵੇਲੇ ਨਹੀਂ ਆਈ ਲੱਗਿਆ ਵੇ ਬੜਾ ਠੀਕ ਹੋ ਗਿਆ ਤਾਂ ਆਪਾਂ ਫੇਰ ਦੇਖੋ ਕਿ ਨਾ ਬੁਰੀ ਤਰ੍ਹਾਂ ਫਸ ਗਈ ਡਾਕਟਰ ਸਾਹਿਬ ਸਵਾਲ ਹੈ ਮੇਲੇ ਵੀ ਲੱਗੇ ਰੈਲੀਆਂ ਵੀ ਹੋਈਆਂ ਵਿਆਹ ਵੀ ਹੋਏ ਇਕੱਠ ਵੀ ਹੋਏ ਉਹ ਇਕੱਠਾ ਨੂੰ ਅਵੇਅਰ ਕਿੰਨੇ ਕਰਦਾ ਸੀ ਜਦ ਭਾਰਤ ਸਰਕਾਰ ਨੇ ਜਾਂ ਪੰਜਾਬ ਸਰਕਾਰ ਨੇ ਇਹ ਲੱਗਦਾ ਨਹੀਂ ਇਹ ਸਵਾਲ ਮੇਰਾ ਹੈ ਲੱਗਦਾ ਨਹੀਂ ਵੀ ਕੇਂਦਰ ਸਰਕਾਰ ਜਾਂ ਪੰਜਾਬ ਸਰਕਾਰ ਦੇ ਜਿਹੜੇ ਹੈਲਥ ਐਕਸਪਰਟ ਨੇ ਇਸ ਸਮੇਂ ਸਿਰ ਐਡਵਾਂਸ ਨਹੀਂ ਦੱਸ ਸਕੇ ਵੀ ਸੈਕੰਡ ਵੇ ਵੇਵ ਇੰਨੀ ਭਿਆਨਕ ਹੋ ਸਕਦੀ ਹੈ ਦੇਖੋ ਐਸਾ ਹੈ ਐਸੀ ਬਾਤ ਨਹੀਂ ਇਹ ਕਿਹਾ ਜਾਂਦਾ ਸੀ ਪਰ ਲੋਕਾਂ ਨੇ ਅੰਗੋਲੀ ਕੀਤੀ ਹੈ ਲੋਕਾਂ ਨੇ ਵੀ ਧਿਆਨ ਦਿੱਤਾ ਨਹੀਂ ਡਾਕਟਰ ਸਾਹਿਬ ਜਦੋਂ ਜਦੋਂ ਪੰਜਾਬ ਚ ਕੇਸ ਦੋ ਦੇਖੋ ਪੰਜਾਬ ਦੀ ਥੋੜੀ ਜੀ ਬਾਕੀਆਂ ਨਾਲ ਇੱਕ ਹੋਰ ਦਿੱਕਤ ਹੈ ਉਹ ਮੈਂ ਥੋੜਾ ਦੇਖੋ ਜਿਹੜੀਆਂ ਇੱਥੇ ਰਲੀਆਂ ਆਂ ਕਿ ਇਸ ਤਰ੍ਹਾਂ ਦੀਆਂ ਹੈ ਕਿ ਜਿਹੜਾਂ ਦਾ ਕੋਈ ਪੋਲੀਟੀਕਲ ਟੈਨਸ਼ਨ ਹੁੰਦੀ ਹੈ ਓ ਦੇ ਵਿੱਚ ਸੱਚੀ ਗੱਲ ਹੈ ਮੇਰਾ ਕਹਿਣਾ ਠੀਕ ਨਹੀਂ ਲੱਗਦਾ ਮੈਂ ਤਾਂ ਕਹਾਂਗਾ ਕੋਈ ਵੀ ਗੈਦਰਿੰਗਾਂ ਇਹ ਜਿਹੜੀ ਵੀ ਹੁਣ ਜਿਸ ਤਰ੍ਹਾਂ ਇਕੱਠੇ ਆ ਇਲੈਕਸ਼ਨਾਂ ਹੋਈਆਂ ਹੈ ਮੇਲਾ ਦੇ ਕੁੰਮਦਾ ਕਿੰਨਾ ਵੱਡਾ ਮੇਲਾ ਲੱਗਿਆ ਠੀਕ ਹੈ ਲੋਕਾਂ ਦੀਆਂ ਫੀਲਿੰਗ ਹੈ ਰਿਲੀਜੀਅਸ ਚੀਜ਼ਾਂ ਹੈਆਂ ਬੜੇ ਦਿਨਾਂ ਤੋਂ ਆਇਆ ਹਾਂ ਤੇ ਪਰ ਇਹਨਾਂ ਦੇ ਵਿੱਚ ਪ੍ਰੀਕੌਸ਼ਨਾਂ ਕਿੰਨੀਆਂ کہیں ਆਂਦੀਆਂ ਸੀ ਮੀਡੀਆ ਤੁਸੀਂ ਲੋਕ ਵੀ ਕਹਿੰਦੇ ਸੀ ਵੀ ਇਕੱਠੇ ਨਾ ਹੋ ਮਾਸਕ ਪੈਨੋ ਪਰ ਸੱਚੀ ਗੱਲ ਹੈ ਕੋਈ ਕਿੰਨੇ ਕਿਲੋ ਕਰਨ ਧਿਆਨ ਦਿੰਦਾ ਉਹ ਦਿਮਾਗ ਚ ਕੀ ਐ ਸਭ ਆ ਗਿਆ ਕਿ ਸ਼ਾਇਦ ਹੁਣੇ ਥੋੜੀ ਘਟ ਗਈ ਐ ਵਾਰੀ ਤੂੰ ਉਹ ਚੱਕਰ ਦੇ ਵਿੱਚ ਆਪਾ ਥੋੜਾ ਜਿਆਦਾ ਫਸ ਗਏ ਔਰ ਇੱਕ ਚੀਜ਼ ਹੋ ਰਹਾ ਹੈ ਦੇਖੋ ਉਹ ਅਨਪ੍ਰੇਡਿਕਟੇਬਲ ਜੇ ਜਿਹੜੀ ਮਿਊਟੇਸ਼ਨਾਂ ਹੋਈਆਂ ਉਹ ਤਾਂ ਕੋਈ ਯੂ ਕਾਂਟ ਪ੍ਰੈਡਿਕਟ ਕਿ ਕੱਲੋਂ ਮਿਊਟੇਸ਼ਨ ਕਿਹੜੀ ਮਿਊਟੇਸ਼ਨ ਹੋਣੀ ਹੈ ਮਿਊਟੇਸ਼ਨ ਜਿਹੜੀ ਹੋਣੀ ਹੈ ਉਹ ਫਾਇਦੇ ਵਾਲੀ ਮਿਊਟੇਸ਼ਨ ਹੋਣੀ ਹੈ ਜਾਂ ਨੁਕਸਾਨ ਵਾਲੀ ਮਿਊਟੇਸ਼ਨ ਹੋਣੀ ਹੈ ਡਾਕਟਰ ਸਾਹਿਬ ਪੰਜਾਬ ਦੀ ਆਪਾਂ ਗੱਲ ਕਰਦੇ ਆ 78 ਲੱਖ ਦੇ ਕਰੀਬ ਹੁਣ ਤੱਕ ਟੈਸਟ ਹੋਏ ਨੇ 4 ਲੱਖ ਤੋਂ ਵੱਧ ਪੋਜ਼ਿਟਿਵ ਕੇਸ ਆ ਗਏ ਨੇ 416000 ਦੇ ਕਰੀਬ 335000 ਦੇ ਕਰੀਬ ਜਿਹੜੇ ਠੀਕ ਵੀ ਹੋਏ ਨੇ ਪਰ ਮਾੜੀ ਫਿਗਰ ਇਹ ਆ ਵੀ 9979 ਅੱਜ ਦੀ ਫਿਗਰ ਦੇ ਵਿੱਚ ਐਡ ਕਰ ਲਈ ਤੇ 10000 ਤੋਂ ਵੱਧ ਮੌਤਾਂ ਹੋ ਗਈਆਂ ਨੇ ਔਰ ਕੱਲ ਦੇ ਜਿਹੜੇ ਅੰਕੜੇ ਨੇ 8874 ਕੇਸ ਇੱਕ ਦਿਨ ਵਿੱਚ ਆਉਣੇ ਤੇ ਇੱਕ ਦਿਨ 'ਚ 182 ਮੌਤਾਂ ਹੋਣੀਆਂ ਇੱਕ ਦਿਨ ਔਰ ਜਿਹੜੀ ਹੁਣ ਨਵੀਂ ਗੱਲ ਜਿਹੜੀ ਆਈ ਹੈ ਜਿਹੜੀ ਤੁਸੀਂ ਗੱਲ ਕਰ ਰਹੇ ਜਿਹੜੀ ਰਿਪੋਰਟ ਹੈ ਤੁਹਾਨੂੰ ਬੈਟਰ ਪਤਾ ਹੋਊਗਾ ਜੋ ਮੈਨੂੰ ਇਨਫੋਰਮੇਸ਼ਨ ਮਿਲੀ ਹੈ ਵੀ ਇਦਾਂ ਦੀ ਇਨਫੋਰਮੇਸ਼ਨ ਵੀ ਪਰ ਡੇ 10000 ਦੇ ਕਰੀਬ ਕੇਸ ਪੰਜਾਬ 'ਚ ਜਾਣਗੇ ਇੱਕ ਕਦੋਂ ਖਤਮ ਹੋਊਗੀ ਗੱਲ ਐ ਦੇਖੋ ਜਿਵੇਂ ਨੇ ਕਿਹਾ ਤੁਹਾਨੂੰ ਅਗਰ ਆਪ ਆਪਣੀ ਪ੍ਰੀਕਾਸ਼ਨ ਲਵਾਂਗੇ ਆਪ ਇਹਨੂੰ ਰੋਕ ਸਕਦੇ ਆ ਇਹਦਾ ਜਿਹੜਾ ਸਰਜ ਹੋ ਰਿਹਾ ਆ ਉਹ ਆਪਾਂ ਰੋਕ ਸਕਦੇ ਹਾਂ ਤੁਸੀਂ ਦੇਖੋ ਆਪਾਂ ਨੇ ਮਾਰਚ ਦੇ ਵਿੱਚ ਜਦੋਂ ਵਧਣ ਲੱਗੀ ਐ ਜਦੋਂ ਸੀ ਸਕੂਲ ਕਾਲਜ ਬੰਦ ਕੀਤੇ ਸਾਡਾ 24 25 ਮਾਰਚ ਤੇ 4000 ਦੇ ਡਾਕਟਰ ਸਕੂਲ ਖੋਲੇ ਵੀ ਸਰਕਾਰ ਨਹੀਂ ਨਾ ਉਹ ਨਹੀਂ ਕਹਿੰਦਾ ਦੇਖੋ ਸਖਲ ਇਸ ਕੋਲ ਤੁਸੀਂ ਕਦ ਤੱਕ ਰੱਖੋਗੇ ਉਦੋਂ ਬਹੁਤ ਕੇਸ ਕੱਢ ਸੀ ਸਾਰੇ 4 3 400 ਕੇਸ ਹੁੰਦੇ ਸੀ ਪਰ ਇਹ ਵੀ ਦੇਖੋ ਪੰਜਾਬ ਦਾ ਪਹਿਲਾ ਸਟੇਟ ਸੀ ਜਿਨੇ ਇਹ ਸਟੈਪ ਲਿਆ ਔਰ ਲਿਆ ਕਿਉਂ ਹਮ ਹਮ ਬਿਕੋਜ਼ ਅਸੀਂ ਇਹ ਡੇਲੀ ਆਲਮੋਸਟ ਐਨਲਾਈਜ਼ ਹੁੰਦਾ ਹੈ ਮੰਥ ਮਾਰਚ ਦੇ ਬਿਗਨਿੰਗਸ ਮੇਰਾ ਖਿਆਲ ਹੈ ਸਾਨੂੰ ਲੱਗਿਆ ਵੀ ਜਿਹੜੇ ਪੋਜ਼ਿਟਿਵ ਕੇਸ ਆ ਰਹੇ ਹਨ ਉਹਨਾਂ ਚੋਂ 40% ਐ 30 ਸਾਲ ਤੋਂ ਨਿਚੇ ਆ ਹਾਂਜੀ ਇਹ ਕੀ ਹੋ ਰਿਹਾ ਹੈ ਇਹ ਕਿਉਂ ਹੋ ਰਿਹਾ ਹੈ ਤੇ ਤਾਂ ਹੀ ਹੋਇਆ ਕਿ ਵੀ ਆਪਾਂ ਇਹ ਸਪਰੈਡ ਯੰਗ ਚ ਆ ਗਿਆ ਸਕੂਲਾਂ ਕਾਲ ਦੇ ਤਾਂ ਵੀ ਬੰਦ ਕਰਾਇਆ ਨਾਲ-ਨਾਲ ਸਾਨੂੰ ਫਿਰ ਰਿਪੋਰਟ ਆ ਗਈ ਜਿਹੜੀ ਯੂਕੇ ਵੇਰੀਐਂਟ ਵਾਲਾ ਆ ਉਹ ਵੀ ਸੈਂਪਲ ਦਾ ਪਹਿਲਾਂ ਹੀ ਭੇਜੇ ਹੋਏ ਸੀ ਉਹਦੇ ਵੀ ਕਨਫਰਮ ਹੋਇਆ ਕਿ ਯੂਕੇ ਵੇਰੀਐਂਟ ਹੈ ਯੂਕੇ ਵੇਰੀਐਂਟ 80% ਕਿੰਨੇ ਸੀ ਯੂਕੇ ਵੇਰੀਐਂਟ 80% ਤੋਂ ਉੱਪਰ ਯੂਕੇ ਵੇਰੀਐਂਟ ਹੈ ਔਰ ਯੂਕੇ ਵੇਰੀਐਂਟ ਦੇ ਵਿੱਚ ਇਹ ਹੈ ਕਿ ਉਹ ਯੰਗ ਲੋਕਾਂ ਨੂੰ ਜ਼ਿਆਦਾ ਇਨਫੈਕਟ ਕਰਦਾ ਹੈ ਸਪਰੈਡ ਜ਼ਿਆਦਾ ਕਰਦਾ ਹੈ ਉਹ ਯੰਗ ਲੋਗ ਲੋਡ ਹੋਣਾ ਚ ਜ਼ਿਆਦਾ ਹੁੰਦਾ ਹੈ ਤੋ ਤੁਸੀਂ ਦੇਖੋ 24 25 ਮਾਰਚ ਤੋਂ ਲੈ ਕੇ 13 14 April ਤੱਕ ਤੁਸੀਂ ਫਿਗਰ ਦੇਖ ਲਓ ਇਹ 4000 ਦੇ ਵਿੱਚ ਰਿਹਾ 4 500 ਠੀਕ ਹੈ 4 500 ਪਰ ਸਾਡੀ ਜਿਹੜੀ ਪੋਜ਼ਿਟਿਵ ਰੇਟ ਸੀ ਉਹ ਵੀ 10 12% ਚੱਲ ਰਹੀ ਸੀ 13 14 April ਤੋਂ ਬਾਅਦ ਥੋੜਾ ਵੜਨਾ ਵੀ ਸ਼ੁਰੂ ਹੋਆ ਅਸੀਂ ਟੈਸਟ ਬਤਾ ਜਿਹੜੀ ਕਿ ਪਹਿਲਾਂ 35000 ਹੁੰਦੇ ਸੀ ਹੁਣ ਤੇ 73000 ਤੱਕ ਹੋ ਗਏ ਮੈਂ ਕਹਿੰਦਾ ਹੁਣ 60000 ਦੇ ਕੀ ਪਹੁੰਚੇ ਇੱਕ ਦਿਨ 73000 ਅਗਰ ਤੁਸੀਂ 25 30000 ਟੈਸਟ ਹੋਰ ਕਰੋਗੇ ਤਾਂ ਪੋਜ਼ਿਟਿਵ ਨਿਕਲਣਗੇ ਇਹਦਾ ਮਤਲਬ ਇਹ ਨਹੀਂ ਹੈ ਕਿ ਜੇ ਉੱਥੇ 5000 ਆ ਰਹੇ ਨੇ ਤੇ ਸਾਰੇ ਪੰਜਾਬ 5000 ਕੇਸ ਹੈ ਪਰ ਡਾਕਟਰ ਸ ਮੇਰਾ ਸਵਾਲ ਇਹ ਹੈ ਦੇਖੋ ਤੁਸੀਂ ਉੱਥੇ ਆ ਗਏ ਆਪਾਂ 73000 ਟੈਸਟ ਕਰ ਰਹੇ ਹਾਂ 60000 ਟੈਸਟ ਕਰ ਰਹੇ ਆਂ ਇਹ ਕਹਿੰਦੇ ਟ੍ਰੇਸਿੰਗ ਕਰੋ 73000 ਚੋਂ 8800 ਬੰਦਾ ਆ ਗਿਆ ਪੋਜ਼ਿਟਿਵ ਉਹਨਾਂ ਨੂੰ ਜਦੋਂ ਇਹ ਆਵਾਜ਼ ਜਾ ਰਹੀ ਹੈ ਵੀ ਨਾ ਸਾਡੇ ਕੋਲ ਆਕਸੀਜਨ ਪੂਰੀ ਹੈ ਨਾ ਵੈਂਟੀਲੇਟਰ ਪੂਰੀ ਹੈ ਸਾਰੇ ਬੈੱਡ ਜਿਹੜੇ ਫੁੱਲ ਹੋ ਗਏ ਨੇ ਹਸਪਤਾਲਾਂ ਦੇ ਈਵਨ ਆਕਸੀਗੇਟਰ ਵੀ ਜਿਹੜਾ ਫੀਲਡ ਵਿੱਚ ਨਹੀਂ ਮਿਲ ਰਿਹਾ ਤੇ ਲੱਗਦਾ ਨਹੀਂ ਵੀ ਆਪਾਂ ਜਿਹੜੇ 77000 ਟੈਸਟ ਕਰ ਰਹੇ ਉਹ ਕਿਤੇ ਗਲਤੀ ਆ ਲੋਕਾਂ ਨੂੰ ਖੋਫ ਚ ਪਾ ਰਹੇ ਆ ਆਪਾਂ ਮੈਂ ਤੁਹਾਡਾ ਸਹਿਮਤ ਨਹੀਂ ਹਾਂ ਬਿਕੋਸ ਦੇਖੋ ਆਕਸੀਜਨ ਦਾ ਮੈਂ ਦੱਸੋ ਚਾਹੇ ਠੀਕ ਹੈ ਘੱਟ ਹੈ ਪਰ ਕੋਈ ਹਾਲੇ ਤੱਕ ਕੋਈ ਇਹ ਤਾਂ ਨਹੀਂ ਹੋਇਆ ਕਿ ਜਿੰਨੀ ਐਫਰਟ ਅੰਮ੍ਰਿਤਸਰ ਚ ਅੰਮ੍ਰਿਤਸਰ ਚ ਇਨਸੀਡੈਂਟ ਦੇਖੋ ਥੋੜਾ ਜਿਹਾ ਅਜ ਡਿਟੇਲਸ ਚ ਜਾਓ ਉਹ ਹਸਪੀਟਲ ਬਾਰੇ ਨਹੀਂ ਗੱਲਤੀ ਹੈ ਓਕੇ ਉਸ ਦਿਨ ਅੰਮ੍ਰਿਤਸਰ ਚ ਅਵੇਲੇਬਲ ਸੀ ਹੁਣ ਪਿਛਲੇ 3-4 ਦਿਨ ਪਹਿਲਾਂ ਮੈਂ ਤਾਂ ਪੇਪਰ ਚ ਹੀ ਪੜਿਆ ਕਿ ਪੰਜਾਬ ਨੇ ਅੰਬਾਲਾ ਚ ਭੇਜੀ ਹੈ ਪੰਚਕੂਲੇ ਭੇਜੀ ਹੈ ਆਕਸੀਜਨ ਦੀ ਜਰੂਰਤ ਸੀ ਐਫਰਟ ਜੋ ਹੋਈ ਹੈ ਪੰਜਾਬ ਦੇ ਵਿੱਚ ਕੋਈ ਸਾਡੇ ਕੋਲ 1000 ਕ ਬੈਂਟੀਲੇਟਰ ਹੈ ਠੀਕ ਹੈ ਸਾਰੀ ਸਟੇਟ ਦੇ ਵਿੱਚ ਹਾਂ ਜੀ ਹਾਂ ਪਿਛਲੇ 2 ਹਫਤਿਆਂ ਤੋਂ 200 30 40 ਪੇਸ਼ੈਂਟ ਵੈਂਟੀਲੇਟਰ ਤੇ ਠੀਕ ਹੈ ਨਾ ਤੋ ਇਹ ਤਾਂ ਨਹੀਂ ਕਹਿ ਸਕਦੇ ਵੈਂਟੀਲੇਟਰ ਨਹੀਂ ਹੈ ਵੀ ਹੈਵ ਸਟਿਲ 700 ਵੈਂਟੀਲੇਟਰ ਲਾਇੰਗ ਪਰ ਲਿਮਟਿਡ ਹਸਪਤਾਲ ਨਾ ਜਿਹੜਾ ਦੱਸ ਦੇਣਾ ਕੀ ਹੈ ਅਬ ਇਸ਼ੂ ਕੀ ਹੋਇਆ ਕਿ ਜਦ ਇਹ ਪਿਛਲੇ 2 ਹਫ਼ਤਿਆਂ ਤੋਂ ਤੁਸੀਂ ਅੰਕੜਾ ਦੇਖੋ ਸਾਡੀ ਜੇ ਲੈਵਲ 3 ਫੈਸਿਲਿਟੀ ਜੀ ਸੀ ਉਹਦੀ 1/4 ਵੀ 25% ਭਰ ਗਈ ਦਿੱਲੀ ਦੇ ਪੇਸ਼ੈਂਟ ਤੋਂ ਆ ਕੇ ਮੁਹੱਲੀ ਚ ਜਲੰਧਰ ਚ ਪਟਿਆਲਾ ਚ ਲੁਧਿਆਣਾ ਚ ਸੱਚੀ ਗੱਲ ਹੈ ਤੁਸੀਂ ਕਿਸੇ ਨੂੰ ਵਾਪਸ ਹੋਰ ਸਟੇਟਾਂ ਤੋਂ ਵੀ ਆਏ ਹਾਂ ਜੀ ਆਏ ਤੇ ਮਨਾ ਤਾਂ ਨਹੀਂ ਕਰਨਾ ਚਾਹੀਦਾ ਜੀ ਜੀ ਤਾਂ ਇਹ ਸਾਨੂੰ ਨਹੀਂ ਐਕਸਪੈਕਟਸ ਕਿ ਇਕਦਮ ਇਸ ਤਰ੍ਹਾਂ ਦਾ ਵੀ ਸਰ ਜਾਏਗਾ ਉਸ ਕੱਲ ਕੇ ਥੋੜਾ ਉਹ ਸਾਨੂੰ ਬਤਾਣੇ ਪੈਣਗੇ ਹੋਰ ਬਿਕੋਜ਼ ਹੋਰ ਵੀ ਮਰੀ ਜਾ ਸਕਦੇ ਆ ਆਪਣੇ ਵੀ ਆਣਗੇ ਇਸ ਕਰਕੇ ਹੁਣ ਪਲਾਨ ਹੋਇਆ ਕਿ ਲੈਵਲ 3 ਵਾਲੇ 500 ਬੈਡ ਹੋਰ ਤਿਆਰ ਕੀਤੇ ਜਾਣ लेवल 2 ਵਾਲੇ अराउंड 2000 ਕਿਤੇ ਜਾਣ ਬਿਦਾ 2000 ਦੇ ਹੋਰ ਵਧਾਏ ਜਾਣ ਤਾਂ ਕਿ ਜੀ ਅਗਰ ਪਰਚਾਂਸ ਦੇਖੋ ਕਹਿੰਦੇ ਨਾ ਕਿ ਮੈਂ ਕਹਾਗਾ ਸੀਐਮ ਸਾਹਿਬ ਦੀ ਸਟੇਟਮੈਂਟ ਹੈ ਵਿੱਚ ਬੜੀ ਹੋਪ ਫॉर द बेस्ट ਬਟ ਪ੍ਰੇਪੇਅਰ ਫॉर द ਵਰਸਟ ਦੇਖੋ ਇਹ ਆਪਾਂ ਨੂੰ ਚੱਲ ਕੇ ਇਹ ਜਿਹੜੀ ਆਪਾਂ ਬਿਮਾਰੀ ਨਾਲ ਟੈਕਲ ਕਰ ਰਹੇ ਹਾਂ ਅੱਜ ਕੱਲ ਇਹ ਬੜੀ ਅਨਪ੍ਰੇਡਿਕਟੇਬਲ ਜੀ ਇਸ਼ੂ ਹੈ ਸੁਪੋਜ਼ ਕਰੋ ਜਿਵੇਂ ਯੂਕੇ ਵੇਰੀਐਂਟ ਆਇਆ ਹੁਣ ਜਿਸ ਤਰ੍ਹਾਂ ਡਬਲ ਮਿਊਟੇਸ਼ਨ ਦਾ ਕੋਈ ਚੱਲ ਰਿਹਾ ਹੈ ਬੰਗਾਲ ਦੇ ਵਿੱਚ 3 ਮਿਊਟੇਸ਼ਨ ਦਾ ਪਕੜਿਆ ਗਿਆ ਕੁਝ ਔਰ ਉਹਨਾਂ ਦਾ ਸਾਨੂੰ ਹਾਲੇ ਇਹ ਵੀ ਨਹੀਂ ਪਤਾ ਕਿਹਾਂ ਜਾਂ ਵਾਇਰਸ ਹੈ ਕੱਲ ਪਰਸੋਂ ਸੀ ਕਿ ਆਂਧਰਾਜ ਵਿੱਚ ਐਸੀ ਮਿਊਟੇਸ਼ਨ ਆਈ ਹੈ ਜਿਹੜੀ ਕਿ ਜ਼ਿਆਦਾ ਲੀਥਲ ਹੈ ਸੋ ਬੀਅਰ ਰੀਡਿੰਗ ਵਿਦ ði ਡਿਜ਼ੀਜ਼ ਵਿਚ ਇਜ਼ ਸੋ ਅਨਪ੍ਰੇਡਿਕਟੇਬਲ ਪੰਜਾਬ ਨੂੰ ਕਿਵੇਂ ਬਚਾਇਆ ਜਾਏ ਡਾਕਟਰ ਇੱਕ ਦੱਸੋ 15ਵਾਂ ਮਹੀਨਾ ਹੋ ਗਿਆ ਸਰਕਾਰ ਤੇ ਭਰੋਸਾ ਕਿਉਂ ਨਹੀਂ ਲੋਕਾਂ ਦੇ ਜੇ ਸਰਕਾਰ ਕਹਿੰਦੀ ਦੁਕਾਨਦਾਰਾਂ ਦੁਕਾਨਾਂ ਬੰਦ ਕਰੋ ਉਹ ਕਹਿੰਦੇ ਦੁਕਾਨਾ ਕਿਉਂ ਬੰਦ ਕਰੀਏ ਸਾਨੂੰ ਲੋੜ ਹੀ ਨਹੀਂ ਦੂਸਰੀ ਗੱਲ ਜਿਹੜੀ ਵੱਡੀ ਗੱਲ ਹੈ ਆਪਾਂ ਅਲੀਗੇਸ਼ਨ ਲਾਉਂਦੇ ਆ ਦੋਸ਼ ਲਾਉਂਦੇ ਵੀ ਜਿਹੜੇ ਪੰਜਾਬ ਚ ਮੌਤ ਦਾ ਰਿਹਾ ਪੇਸ਼ੈਂਟ ਲੇਟ ਹੁੰਦਾ ਹਸਪਤਾਲ ਚ ਤਾਂ ਮੌਤਾਂ ਵੱਧ ਹੁੰਦੀਆਂ ਨੇ ਪਰ ਲੱਗਦਾ ਨਹੀਂ ਵੀ ਹੁਣ ਹਸਪਤਾਲਾਂ ਵਿੱਚ ਉਹ ਪ੍ਰਬੰਧ ਨਹੀਂ ਤੁਸੀਂ ਦੇਖੋ ਸਰਕਾਰੀ ਹਸਪਤਾਲਾਂ ਚ ਕੋਈ ਜਾਨ ਨੂੰ ਤਿਆਰ ਨਹੀਂ ਪ੍ਰਾਈਵੇਟ ਹਸਪਤਾਲ ਦੀਆਂ ਸਾਰੇ ਬੈੱਡ ਫੁੱਲ ਨੇ ਸਰਕਾਰੀ ਹਸਪਤਾਲਾਂ ਦੇ ਕੁਝ ਖਾਲੀ ਦੱਸੇ ਜਾ ਰਹੇ ਜੇ ਕੋਈ ਮੰਤਰੀ ਨੂੰ ਕਰੋਨਾ ਹੁੰਦਾ ਤਾਂ ਕੋਈ ਮੰਤਰੀ ਗਿਆ ਹੀ ਨਹੀਂਗਾ ਸਰਕਾਰੀ ਹਸਪਤਾਲ 'ਚ ਇਹ ਭਰੋਸਾ ਕਿਉਂ ਨਹੀਂ ਪੈਦਾ ਹੋਇਆ 15 ਮਹੀਨਿਆਂ 'ਚ ਦੇਖੋ ਗੱਲ ਸੁਣੋ ਤੁਸੀਂ ਜਿਹੜੀ ਹੈਲਥ ਸਰਵਿਸਿਜ਼ ਆ ਨਾ ਇਹਨੂੰ ਸੀ 15 ਮਹੀਨੇ ਦਾ ਨਾ ਕੋ ਇਹ ਦੇਖੋ ਇਹ ਜਿਹੜਾ ਪਬਲਿਕ ਹੈਲਥ ਸਿਸਟਮ ਹੈ ਉਹਦੇ ਵਿੱਚ ਜਿਹੜਾ ਭਰੋਸਾ ਤੁਸੀਂ ਕਹਿੰਦੇ ਆ ਇਹ ਜਿਹੜਾ ਹਟਿਆ ਹੋਇਆ ਲੋਕਾਂ ਦਾ ਇਹ ਪੁਰਾਣੀ ਮੈਂ ਤੁਹਾਨੂੰ AIMS অর PG ਦੀ ਗੱਲ ਦੱਸਦਾ ਅਸੀਂ AIMS 'ਚ ਮੈਂ 25 ਸਾਲ ਲਗਾਏ ਜਦੋਂ ਇਹ ਪ੍ਰਾਈਵੇਟ ਨਮ ਹੈਡ ਕੀਤਾ ਤੁਸੀਂ ਪ੍ਰਾਈਵੇਟ ਹਸਪੀਟਲ ਸ਼ੁਰੂ ਹੋਏ ਉਹ ਜਿਨਨੇ ਪ੍ਰਾਈਵੇਟ ਹਸਪੀਟਲ ਸੀ ਇਹ ਜਿਨਨੇ ਵੀਆਈਪੀ ਹੁੰਦੇ ਆ ਇਹ ਸਾਰਿਆਂ ਨੂੰ ਧਿਆਨ ਰੱਖਦੇ ਆ ਆਸ-ਆਸਤਾ ਜਿਨਨੇ ਇੰਪੋਰਟੈਂਟ ਜਿਹੜੇ ਸੋਸਾਇਟੀ ਚ ਹੁੰਦੇ ਆ ਚਾਹੇ ਉਹ ਮਨਿਸਟਰਸ ਐ ਬਿਊਰੋਕਰੇਟਸ ਐ ਉਹਨਾਂ ਨੂੰ ਲੈ ਕੇ ਬਿਲਕੁਲ ਕਰੋ ਲੈ ਕੇ ਜਾਂਦੇ ਸੀ ਉਹਨਾਂ ਦਾ ਪੂਰਾ 5 ਸਟਾਰ ਨਾਲ ਧਿਆਨ ਰੱਖਦੇ ਸੀ ਉਹਨਾਂ ਦਾ ਆਸਤਾ ਹਸਤਾ ਕੀ ਹੋਇਆ ਪਬਲਿਕ ਸੈਕਟਰ ਚ ਸਟੇਕ ਜਾਣ ਲੱਗਿਆ ਮੈਂ ਤੁਹਾਨੂੰ ਦੋ ਮਿੰਟ ਲਵਾਂਗਾ ਤੁਹਾਡੇ ਏਮਸ ਚ ਜਦੋਂ ਮੈਂ ਸੀ ਲੋਕੀ ਕਹਿੰਦੇ ਨੇ ਜੀ ਡਾਕਟਰ ਤਾਂ ਬੜੇ ਅੱਛੇ ਹਨ ਫਿਰ ਉਹ ਕੋਈ ਨਾ ਕੋਈ ਪ੍ਰਾਈਵੇਟ ਵਾਲੇ ਬਹਾਨਾ ਲਾਉਂਦੇ ਸੀ ਕਿ ਜੀ ਉਹ ਬਾਹਰ ਕੀ ਡਾਕਟਰ ਤਾਂ ਬੜੇ ਅੱਛੇ ਹੁੰਦੇ ਹਨ ਪਰ ਉਹਨਾਂ ਦੇ ਨਰਸਾਂ ਅੱਛੇ ਨਹੀਂ ਉੱਥੇ ਇਨਫੈਕਸ਼ਨ ਹੋ ਜਾਏਗੀ ਇਸ ਤਰ੍ਹਾਂ ਕਰਕੇ ਅਸ ਜਿਹੜੇ ਵੀ ਆਈਪੀਸੀ ਉਹਨੂੰ ਕੀ ਹੈ ਤੁਸੀਂ ਹੁਣ ਏਮਸ ਜਾਣਾ ਹੋਏ ਹੋ ਤਾਂ ਥੋੜਾ ਬਹੁਤ ਤਾਂ ਤੁਹਾਨੂੰ ਟਾਈਮ ਲੱਗਦਾ ਹੈ ਲਾਈਨ ਚ ਲੱਗਣਾ ਪੈਂਦਾ ਹੈ ਉੱਥੇ ਤੁਹਾਨੂੰ ਰਾਮ ਨਾਲ ਲੱਗੇ ਕਿਆ ਤੇ ਕੀ ਹੋਇਆ ਕਿ ਆਸ-ਆਸਤਾ ਸਾਨੂੰ ਲੱਗਿਆ ਕਿ ਕੀ ਹੋ ਰਿਹਾ ਹੈ ਅੱਛਾ ਜੇ ਤੁਹਾਡੇ ਕੋਲ ਸੀਨੀਅਰ ਲੋਕ ਨਹੀਂ ਆਣਗੇ ਜਿਨ੍ਹਾਂ ਤੋਂ ਤੁਸੀਂ ਫੰਡ ਲੈਣੇ ਆ ਤੇ ਥੋੜਾ ਤਾਂ ਤਾਂ ਉਹਨਾਂ ਦਾ ਇੰਟਰਸਟ ਕਮ ਹੋ ਜਾਂਦਾ ਜਦੋਂ ਆਸ-ਆਸਤਾ ਲੋਕਾਂ ਨੂੰ ਪਤਾ ਲੱਗਿਆ ਕਿ ਵੀ ਦੇਖ ਯਾਰ ਉੱਥੇ ਗਿਆ ਉਹ ਤਾਂ ਮੇਰੇ ਮੈਨੂੰ ਤਾਂ ਕੋਈ ਨਾ ਸਰਜਰੀ ਦੀ ਜਰੂਰ ਸੀ ਮੇਰੇ ਤਾਂ ਸਰਜਰੀ ਕਰ ਦਿੱਤੀ ਉਹਨਾਂ ਨੇ ਮੈਨੂੰ ਸਟੈਂਟ ਦੀ ਜਰੂਰਤ ਨਹੀਂ ਮੇਰੇ ਮੈਂ ਕਾਰਡੀਓਲੋਜੀ ਦਾ ਮੈਨੂੰ ਤਾਂ ਤੇ ਉਹਨੂੰ ਲੱਗਿਆ ਕੀ ਹੋ ਰਿਹਾ ਫਿਰ ਲੋਕਾਂ ਨੇ ਸੋਚਿਆ ਡਰਾਨ ਲੱਗੇ ਉੱਥੇ ਕਿ ਜੇ ਇਹ ਨਹੀਂ ਲਗਾਇਆ ਤਾਂ ਕੁਝ ਹੁਣੇ ਹੋ ਜਾਏਗਾ ਆਸਤਾ ਲੋਕਾਂ ਨੂੰ ਸਾਡੇ ਕੋਲ ਦੁਆਰਾ ਆਉਣਾ ਸ਼ੁਰੂ ਕਰ ਦਿੱਤਾ ਕਿ ਰਾਈਟ ਕਾਈਂਡ ਆਫ ਅ ਓਪੀਨੀਅਨ ਮੈਂ ਕਹਿੰਦਾ ਮਤਲਬ ਇਹ ਹੈ ਕਿ ਜਿਹੜੇ ਆਪਣੇ ਪਬਲਿਕ ਸੈਕਟਰ ਇੰਸਟੀਚਿਊਸ਼ਨ ਹੈ ਪੰਜਾਬ ਦੇ ਵੇਖੋ ਮੈਂ ਤਾਂ ਵੱਡੇ ਦੀ ਗੱਲ ਲੱਕੀਲੀ ਬੋਥ ਐਮਜ਼ ਐਂਡ ਪੀਜੀਆਈ ਸਰਵਾਈਵਡ ਫਰਮ ਥੈਟ ਕਿ ਆਸਤਾ ਆਸਤਾ ਲੋਕਾਂ ਨੂੰ ਲੱਗਿਆ ਨਹੀਂ ਯਾਰ ਜੇ ਸਲਾਹ ਲੈਣੀ ਹੈ ਤਾਂ ਉੱਥੇ ਡਾਕਟਰ ਦੇ ਲੈ ਲਓ ਚਾਹੇ ਕਰਨਾਣਾ ਆਪਰੇਸ਼ਨ ਬਾਅਦ ਕਰਾ ਲੈਣਾ ਪਰ ਜ਼ਰੂਰਤ ਵੀ ਹੈ ਨਹੀਂ ਇਹ ਜਿਹੜੇ ਆਪਣੀ ਸਟੇਟਸ ਹੈ ਨਾ ਇਹ ਪੰਜਾਬ ਨਹੀਂ ਤੁਸੀਂ ਇਵਨ ਮੇਰੇ ਖਿਆਲ ਅਡਜੋਇਨਿੰਗ ਸਟੇਟਸ ਆ ਵੀ ਇਹਦਾ ਪਬਲਿਕ ਸੈਕਟਰ ਹੈ ਨਾ ਇਹਦਾ ਬਹੁਤ ਸਾਲਾਂ ਤੋਂ ਲੋਕਾਂ ਚ ਕੰਫੀਡੈਂਸ ਹਾਸਾ ਤੇ ਜਾ ਗਿਆ چلا ਗਿਆ ਔਰ ਮੈਂ ਕਹਿੰਨਾ ਪਬਲਿਕ ਸੈਕਟਰ ਨੇ ਕੋਸ਼ਿਸ਼ ਵੀ ਨਹੀਂ ਕੀਤੀ ਪੰਜਾਬ ਚ ਜਦੋਂ ਟੋਟਲ ਪੋਸਟਿਵ ਪਾਡੇ ਪੋਸਟਿਵ ਕੇਸ ਹੋਣਗੇ ਫਾਰ ਇਗਜ਼ਾਮਪਲ 8000 ਤੇ ਸੇਮ ਡੇ ਜਿਹੜੇ ਕਿਉਰ ਹੋਣਗੇ 8000 ਇੱਕ ਐਦਾਂ ਦਾ ਦਿਨ ਆਊਗਾ ਉਸ ਤੋਂ ਬਾਅਦ ਕਰੋਨਾ ਜਿਹੜਾ ਇਹਦੇ ਚ ਥੋੜੀ ਜਿਹੀ ਢਿੱਲ ਆਊਗੀ देखो मैं जो मेरी ए, है कि दो हफ्ते तक हो रही तो थो चलेगा थोड़ा ਤੁਸੀਂ ਇਹ ਵੀ ਦੇਖ ਲਓ ਜੇ ਤੁਸੀਂ ਨੈਸ਼ਨਲ ਲੈਵਲ ਦੀ ਗੱਲ ਕਰ ਰਹੇ ਕਿ ਪੰਜਾਬ ਮੈਂ ਪੰਜਾਬ ਦੀ ਗੱਲ ਕਰ ਰਿਹਾ ਤੁਸੀਂ ਆਪਣਾ ਇਹ ਵੀ ਦੇਖ ਲਓ 13 ਅਪ੍ਰੈਲ 5000 ਕੇਸ 35000 ਟੈਸਟ ਬਿਲਕੁਲ ਠੀਕ ਹੈ ਅੱਜ 9 ਦਸ ਮਈ ਹੈ ਹੂੰ ਹੂੰ 65 60000 ਟੈਸਟ 8000 ਤੇ 30000 ਜਿਹੜੇ ਟੈਸਟ ਵੀ ਵਧੇ ਆ ਉਹ ਵੀ ਤੇ ਨਿਕਲਣਗੇ ਨਾ ਸੋ ਯੂ ਕੈਨ ਸੇ ਕਿ ਇਹ ਨਹੀਂ ਹੈ ਕਿ ਸਰਜ ਹੋਈ ਹੈ ਬਟ ਆਪਾਂ ਇਹ ਟੈਸਟ ਬੜਾਦਰ ਟਰੇਸਿੰਗ ਹੋਗੀ ਜਾਰੀ ਟਰੇਸਿੰਗ ਮਤਲਬ ਉਹਦਾ ਫਾਇਦਾ ਕੀ ਹੈ ਕਿ ਆਪਾਂ ਨੂੰ ਜਿਹੜੇ ਹੁਣ ਜਿਹੜੇ ਪਕੜੇ ਜਾਣਗੇ ਨਾ ਐਟਲੀਸ ਤੁਹਾਨੂੰ 2 ਹਫ਼ਤੇ ਦੇਖੋ ਇੱਕ ਤੁਹਾਨੂੰ ਕ੍ਰੈਡਿਟ ਦੇਣਾ ਪੈਗਾ ਗੌਰਮੈਨੋ ਮੈਂ ਸੱਚੀ ਗੱਲ ਕਹਿਣਾ ਤੁਸੀਂ ਚਾਹੇ ਕੁਝ ਵੀ ਕਹੋ ਨੰਬਰ 1 ਮੈਡੀਕਲ ਕਿਟ ਮਿਲ ਰਹੀ ਹੈ ਇਹ ਪਹਿਲਾ ਹੈ ਟਾਈਮ ਐਕਸਪੈਰੀਮੈਂਟ ਇਨ ਦੀ ਕੰਟਰੀ ਕਿ ਜਿੱਥੇ ਤੁਹਾਨੂੰ ਜਿਹੜੀਆਂ ਦਵਾਈਆਂ ਚਾਹੀਦੀਆਂ 14 ਦਿਨ ਵਾਸਤੇ ਔਰ ਉਹਦੇ ਵਿੱਚ ਥਰਮੋਮੀਟਰ ਹੈ ਆਕਸੀਮੀਟਰ ਡਾਕਟਰ ਸਰ ਉਹਨੇ ਮਿਲ ਨਹੀਂ ਇੱਕ ਮਿੰਟ ਉਹਦੇ ਵੀ ਆ ਨਾ ਮੈਂ ਇਹ ਤੁਹਾਨੂੰ ਮਿਲ ਰਹੀ ਸੀ ਫਟੇ ਕਿੱਟ ਦੀ ਗੱਲ ਕਰਦੇ ਇਹ ਸਰਜ ਦੇ ਵਿੱਚ ਆਕਸੀਮੀਟਰ ਦੀ ਇਸ਼ੂ ਆਇਆ ਬਿਕੋਜ਼ ਅਵੇਲੇਬਿਲਟੀ ਕਮ ਹੋ ਗਈ ਕੋਸਟ ਲੋਕਾਂ ਨੇ ਆਪਣੇ ਦਾ ਜਿਹੜੀ 5-600 ਦਾ ਆਉਂਦਾ ਸੀ ਉਹਦਾ 1500 ਕਰ ਦਿੱਤਾ ਬਲੈਕ ਮਿਲ ਠੀਕ ਹੈ ਨਾ ਇਹ ਥੋੜੇ ਫੇਸ ਤੇ ਅਸੀਂ ਆਏ ਵੀ ਹੈਵ ਟ੍ਰਾਈ ਟੂ ਹੈਡਲ ਰੈਸਡ ਵਿਦ ਨਾਈ ਆਪੀ 1000 60000 ਆ ਗਏ ਹਨ ਤੇ ਹੁਣ ਫੇਰ ਉਹ ਕਿੱਟ ਚਾ ਰਹੇ ਅਸੀਂ ਇਹ ਵੀ ਲੋਕਾਂ ਨੂੰ ਕਿਹਾ ਕਿ ਜਿਹੜੇ ਰਿਕਵਰ ਹੋ ਗਏ अगर सपोज ਤੁਸੀਂ ਇਹਨੂੰ ਫੈਂਕੋਗੇ ਉਹਦੇ ਨਾਲੋਂ ਦੇ ਦਿਓ ਇਹਨੂੰ ਅਸੀਂ ਸੈਨੀਟਾਈਜ਼ ਕਰਕੇ ਸਟਰਲਾਈਜ਼ ਕਰਕੇ ਦੁਬਾਰਾ ਯੂਜ਼ ਕਰ ਲਾਂਗੇ ਤੀਸਰਾ ਜਿਹੜਾ ਇਸ਼ੂ ਕੀਤਾ ਅੱਜਕੱਲ ਇਹ ਪਿਛਲੇ 2-3 ਹਫ਼ਤੇ ਤੋਂ ਅਸੀਂ ਕਰ ਰਹੇ ਹਾਂ ਹੋਮ ਆਈਸੋਲੇਸ਼ਨ ਕੇਅਰ ਪਹਿਲਾਂ ਇਹ ਕਿਸੇ ਨੂੰ ਆਊਟਸੋਰਸ ਸੀ ਟੈਲੀਫੋਨ ਕਰਦਾ ਸੀ ਵੀ ਵਾ ਨਾਟ ਸੈਟੀਸਫਾਈ ਹੁਣ ਕੀ ਹੈ ਹਰੇਕ ਡਿਸਟ੍ਰਿਕਟ ਦੇ ਵਿੱਚ ਕੰਟਰੋਲ ਰੂਮ ਹੈ ਹਰੇਕ ਡਿਸਟ੍ਰਿਕਟ ਦੇ ਛੋਟੇ-ਛੋਟੇ ਸ਼ਹਿਰਾਂ 'ਚ ਕੰਟਰੋਲ ਰੂਮ ਬਣ ਗਏ ਹੈਲਥ ਟੀਮ ਉੱਤੇ ਪਈਆਂ ਬਣਾ ਕੇ ਭੇਜਿਆ ਇਨਟਰਨ ਜਿਹੜੇ ਕਾਲਜਾਂ ਚੋਂ ਉੱਥੇ ਪੋਸਟ ਕੀਤੇ ਹਨ ਤਾਂ ਕਿ ਕੋਈ ਮਰੀਜ਼ ਹੈ ਪਿੰਡ ਚ ਵੀ ਹੈ ਉਹਨਾਂ ਨੂੰ ਟੈਲੀਫੋਨ ਤੇ ਗੱਲ ਹੋਵੇ ਉਹਨੂੰ ਪਤਾ ਵੀ ਮੇਰਾ ਇਹ ਡਾਕਟਰ ਹੈ ਮੇ ਨਾਲ ਗੱਲ ਵੀ ਕਰ ਰਿਹਾ ਹੈ ਮੈਨੂੰ ਜ਼ਰੂਰਤ ਹੈ ਤਾਂ ਮੇਰੇ ਕੋਲ ਆ ਕੇ ਵੀ ਦੇਖ ਕੇ ਜਾਏਗਾ ਅਗਰ ਮੈਨੂੰ ਹਸਪਤਲ ਜਾਣ ਦੀ ਜ਼ਰੂਰਤ ਹੈ ਤਾਂ ਹਸਪਤਲ ਲੈ ਕੇ ਜਾਏਗਾ ਇਹ ਇਹਹੀ ਸਭ ਤੋਂ ਚੰਗੀ ਚੀਜ਼ ਹੈ ਹਾਂ ਤੁਸੀਂ ਤੁਸੀਂ ਬਿਲਕੁਲ ਇਹ ਪਲਾਨ ਬਣਾਇਆ ਹੈ ਸੀਐਮ ਸਾਹਿਬ ਨੇ ਤਾਂ ਇੱਥੋਂ ਤੱਕ ਆਇਆ ਹੈ ਵੀ ਦੋ ਦਿਨਾਂ ਬਾਅਦ ਮੈਡੀਕਲ ਟੀਮ ਜਿਹੜੇ ਹੋਮ ਆਈਸੋਲੇਸ਼ਨ 'ਚ ਨੇ ਉਹਨਾਂ ਦਾ ਘਰ ਦੌਰਾ ਵੀ ਕਰੇਗੀ ਪਰ ਇਹ ਸਭ ਕਾਗਜ਼ਾਂ 'ਚ ਹੈ ਫੋਨ ਵੀ ਨਾ ਮਾਤਰ ਹੋ ਰਹੇ ਨੇ ਉਹਨਾਂ ਨਾਲ ਕੰਟੈਕਟ ਵੀ ਨਾ ਮਾਤਰ ਹੋ ਰਿਹਾ ਦੌਰਾ ਕਰਨ ਦੀ ਤੇ ਗੱਲ ਹੀ ਖਤਮ ਕਰ ਦੋ ਔਰ ਦੋ ਦੋ ਤਿੰਨ ਤਿੰਨ ਦਿਨ ਜਿਹੜੇ ਪੋਜ਼ਿਟਿਵ ਕੇਸ ਨੇ ਉਹਨਾਂ ਨੂੰ ਉਹਨਾਂ ਨੂੰ ਫੋਨ ਤੱਕ ਨਹੀਂ ਹੁੰਦਾ ਵੀ ਤੁਸੀਂ ਤੁਸੀਂ ਘਰਾਂ 'ਚ ਇਕਾਂਤ ਵਾਸ ਹੈ ਕਿ ਨਹੀਂ ਹੈ ਇਸ ਕਾਹੀ ਹੈ ਇਹ ਬਿਲਕੁਲ ਮੈਂ ਤੁਹਾਡਾ ਸਹਿਮਤ ਹੈ ਮੈਂ ਇਹ ਨਹੀਂ ਕਹਿੰਦਾ ਇਹ ਜਿਹੜਾ ਸਾਰਾ ਐਕਟੀਵਿਟੀ ਸ਼ੁਰੂ ਹੋਈ ਹੈ 14 15 April ਤੋਂ ਬਾਅਦ ਅੱਜ ਕਿਹਦੇ ਨੇ ਅੱਜ ਹੈਗਾ 7 7 May ਇਹ ਮੇਜਰ ਚੈਲੰਜ ਵਰਕ ਹੈ ਇਹ ਛੋਟਾ ਕੰਮ ਨਹੀਂ ਹੈ ਮੈਂ ਜਿਹੜਾ ਮੇਰਾ ਅਜਕਲ ਹੈ ਨਾ ਮੇਰਾ ਜਿਆਦਾ ਟਾਈਮ ਔਰ ਜਿਹੜਾ ਧਿਆਨ ਹੈ ਇਸ ਐਕਟੀਵਿਟੀ 'ਚ मतलब ਹੁਣ ਮੈਂ ਇਹ ਤੁਸੀਂ ਤੇ ਡਾਕਟਰ ਸਾਹਿਬ ਪਲਾਨ ਕਰਨਾ ਨਾ ਇੰਪਲੀਮੈਂਟ ਤੇ ਥੱਲੇ ਹੀ ਆਉਣਾ ਦਾ ਜੀ ਇਹ ਇਹ ਵੀ ਜ਼ਰੂਰੀ ਹੈ ਅਗਰ ਇੰਪਲੀਮੈਂਟ ਨਹੀਂ ਹੋਏਗਾ ਤਾਂ ਫਾਇਦਾ ਕੋਈ ਨਹੀਂ ਫਾਇਦਾ ਕੋਈ ਨਹੀਂ ਜੀ ਉਹਦਾ ਨਹੀਂ ਇਸੇ ਕਰਕੇ ਨੂੰ ਇੰਪਲੀਮੈਂਟ ਹੋਣ ਵਾਸਤੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਰੋਜ਼ ਅਸੀਂ ਕੀ ਕਰ ਰਹੇ ਹਾਂ ਮੇਰਾ ਖਿਆਲ ਹੈ ਤੁਸੀਂ ਮੈਨੂੰ ਹਫਤਾ 10 ਦਿਨ ਹੋਰ ਦੇ ਦਿਓ ਤੇ ਨੂੰ ਇਹ ਫਰਕ ਪਾਏਗਾ ਔਰ ਸਾਨੂੰ ਪਿੰਡਾਂ ਚ ਪਹੁੰਚਣਾ ਪੈਣਾ ਜੇਕਰ ਆਪਾਂ ਇਸ ਮੌਕੇ ਤੇ ਜੋ ਚਾਹ ਹਫਤੇ ਤੱਕ ਗੱਲ ਕਿੱਥੇ ਪਹੁੰਚ ਜਗੀ ਦੇਖੋ ਲੋਕਾਂ ਦਾ ਪਾਰਟ ਡੇ 150 ਦੇ ਕਰੀਬ ਡੈੱਟ ਹੋ ਰਹੀ ਹੈ ਕਿ ਤੁਸੀਂ ਲੋਕਾਂ ਨੂੰ ਮੈਸੇਜ ਦਿਓ ਠੀਕ ਹੈ ਲਗਾਤਾਰ ਦੇ ਰਹੇ ਹਾਂ ਉਹ ਤੁਹਾਡਾ ਕਹਿਣਾ ਬਹੁਤ ਐਂ ਲੱਗਦਾ ਉਹ ਦਿਓ ਔਰ ਦੂਸਰਾ ਮੇਰੇ ਕੋਲ ਹਫਤੇ ਦਾ ਮੇਰਾ ਕਹਿਣਾ ਮਤਲਬ ਇਹ ਹੈ ਕਿ ਜਿਹੜਾ ਤੁਸੀਂ ਕਹਿੰਦੇ ਦੋ ਚਾਰ ਮਿਸ ਹੋ ਰਹੇ ਆ ਉਹ ਮਿਸ ਤੋਂ ਕਿਵੇਂ ਗੈਪ ਪੂਰਾ ਕਰਨਾ ਇਹ ਮੈਂ ਮੇਰੇ ਖਿਆਲ ਇਹ ਜਿਹੜੇ ਐਕਸਪੈਰੀਮੈਂਟ ਹੈ ਇਹ ਕੋਈ ਪਹਿਲੀ ਵਾਰ ਆਮ ਸਟੇਟਾਂ ਨਾਲੋਂ ਤੁਸੀਂ ਦੇਖੋ ਕੁਝ ਵੀ ਕਹੋ ਠੀਕ ਹੈ ਆਪਾਂ ਕਹਿੰਦੇ ਡੈਥ ਜ਼ਿਆਦਾ ਹੈ ਠੀਕ ਹੈ ਨਾ ਵੀ ਹਰਿਆਣੇ ਤੋਂ ਜ਼ਿਆਦਾ ਡੈਥ ਹੈ ਦਿੱਲੀ ਤੋਂ ਪਰ ਦਿੱਲੀ ਤੁਸੀਂ ਦੇਖੋ ਦਿੱਲੀ ਤੇ ਡੈਥਾਂ ਸਾਤੋਂ ਬਹੁਤ ਜ਼ਿਆਦਾ ਹੈ ਠੀਕ ਹੈ ਨਾ ਇਹ ਡੈਥ ਦਾ ਇਸ਼ੂ ਇੱਕ ਤਾਂ ਦੇਖੋ ਪੰਜਾਬ ਹੈਜ਼ ਬੀਨ ਟਰਾਂਸਪਰੈਂਟ ਤੁਸੀਂ ਟੀਵੀ ਤੇ ਆਪ ਵੀ ਤੁਸੀਂ ਚੈਨਲ ਕਿਹਾਂ ਆਂਦਾ ਹੈ ਕਿ ਉਹ ਦੱਸਦੇ ਨਹੀਂ ਡਾਟਾ ਨਹੀਂ ਪੂਰਾ ਦਿੰਦੇ ਪੰਜਾਬ ਚ ਨੋਬਦੀ ਕਨ ਡਾਊਟ ਦੇ ਡਾਟਾ ਨੰਬਰ 1 ਠੀਕ ਹੈ ਨਾ ਨੰਬਰ 2 ਪੰਜਾਬ ਦੀ ਜਿਹੜੀ ਇਸ਼ੂ ਹੈ ਜਿਹੜੀਆਂ ਕਹਿੰਦੇ ਨਾ ਬਿਮਾਰੀਆਂ ਨਾਲ ਤੁਹਾਨੂੰ ਮੋਰਟੈਲਿਟੀ ਵੱਧਦੀ ਹੈ ਉਸ ਪੰਜਾਬ ਤੇ ਜ਼ਿਆਦਾ ਹੈ ਸਾਰੇ ਸੂਬਿਆਂ ਨਾਲ ਆਈ ਥਿੰਕ ਅਲਕੋਹਲ ਯੂਜ਼ ਇਜ਼ ਇਨ ਨੈਗੇਟਿਵ ਥੋੜਾ ਇਹਦੇ ਬਾਰੇ ਜ਼ਰੂਰ ਕਰਿਓ ਕਿ ਸ਼ਰਾਬ ਪੀ ਕੇ ਕਰੋਨਾ ਮਰ ਜਾਂਦਾ ਮੈਂ ਨਹੀਂ ਨਹੀਂ ਉਹੀ ਮੈਂ ਕਹਿ ਰਿਹਾ ਹਾਂ ਇੱਕ ਤਾਂ ਇਹ ਬਿਲਕੁਲ ਗਲਤ ਹੈ ਓਕੇ ਉਲਟਾ ਸ਼ਰਾਬ ਨੁਕਸਾਨ ਕਰਦਾ ਹੈ ਹੁਣ ਤੇ ਇਹ ਸਾਇੰਟਿਫਿਕ ਐਵਿਡੈਂਸ ਮੈਂ ਤੁਹਾਨੂੰ ਦੱਸ ਰਿਹਾ ਔਰ ਮੈਂ ਕੁਝ ਦਿਨਾਂ ਤੋਂ ਇਹਦੇ ਬਾਰੇ ਵਾਰ-ਵਾਰ ਕਹਿ ਰਿਹਾ ਕਿ ਮੈਨੂੰ ਸਮਝ ਨਹੀਂ ਆਉਂਦਾ ਕਿ ਲੋਕੀ ਠੇਕਿਆਂ ਤੇ ਲਾਈਨਾਂ ਲੱਗੀਆਂ ਹੋਈਆਂ ਇਹਨਾਂ ਬੰਦ ਹੋ ਰਹੀ ਹੈ ਡਾਕਟਰ ਸਾਹਿਬ ਫਿਰ ਫਿਰ ਸਰਕਾਰ ਕਿਉਂ ਇਦਾਂ ਕਰਦੀ ਹੈ ਵੀ ਜ਼ਰੂਰੀ ਸਵਾਵਾਵਾਂ ਵਾਲੀਆਂ ਦੁਕਾਨਾਂ ਖੁੱਲਣਗੀਆਂ ਉਹਦੇ ਵਿੱਚ ਸ਼ਰਾਬ ਦੇ ਠੇਕੇ ਵੀ ਆ ਜਾਂਦੇ ਆ ਜ਼ਰੂਰੀ ਸਵਾਵਾਾਂ ਚ ਨੇ ਪਰ ਉਸ ਵੇਲੇ ਸਰਕਾਰ ਕੋਰੋਨਾ ਦੌਰਾਨ ਠੇਕੇ ਖੋਲ ਕੇ ਇਹ ਲੋਕਾਂ ਨੂੰ ਕੋਰੋਨਾ ਤੋਂ ਹਰਾਉਣਾ ਚਾਹੁੰਦੀ ਹੈ ਦੇਖੋ ਐਸਾ ਹੈ ਇਹ ਕੁਝ ਡਿਫਰੈਂਟ ਕੰਪਲੈਸ਼ਨ ਹੈ ਮੈਂ ਜੋ ਤੁਹਾਨੂੰ ਦੇਖੋ ਜਿਨੇ ਵੀ ਸ਼ਰਾਬ ਪੀਣੀ ਹੈ ਉਹਨੂੰ ਪਤਾ ਤਾਂ ਉਹਨੂੰ ਦੇਖਦਾ ਮੈਨੂੰ ਫਾਇਦਾ ਨੁਕਸਾਨ ਇਹ ਜਿਹੜੀਆਂ ਪਿੱਛੇ ਸਟੋਰੀਆਂ ਚੱਲ ਰਹੀਆਂ ਨੇ ਮੇਰਾ ਕਹਿਣਾ ਮਤਲਬ ਜੇ ਸ਼ਰਾਬ ਨੁਕਸਾਨ ਕਰਦੀ ਹੈ ਤੇ ਫਿਰ ਲਾਕਡਾਊਨ ਤਰ੍ਹਾਂ ਕਰਫਿਊ ਤਰ੍ਹਾਂ ਸ਼ਰਾਬ ਤੇ ਠੀਕ ਹੈ ਵਿਸ਼ੇਸ਼ ਤੌਰ ਤੇ ਖੁੱਲੇ ਕਿਉਂ ਜਾਂਦੇ ਨੇ ਦੇਖੋ ਉਹ ਤਾਂ ਨਹੀਂ ਹੁੰਦੇ ਦੇਖੋ ਜਿਹੜੇ ਸਟੇਟਸ ਐ ਜਿਨ੍ਹਾਂ ਦੇ ਵਿੱਚ ਨਹੀਂ ਹੈ ਅਲਾਉਡ ਪ੍ਰੋਫੈਸ਼ਨ ਹੈ ਤੁਸੀਂ ਸਰਕਾਰ ਨੂੰ ਕਿਉਂ ਨਹੀਂ ਸਲਾਹ ਦਿੰਦੇ ਉੱਥੇ ਵੀ ਪਰ ਕੀ ਹਾਲ ਹੋ ਰਿਹਾ ਦੇਖੋ ਮੈਂ ਕਹਿੰਦਾ ਜਿਹੜੀ ਇਹ ਚੀਜ਼ਾਂ ਹੁੰਦੀਆਂ ਨਾ ਇਹਨਾਂ 'ਚ ਨਾ ਤਾਂ ਜ਼ਿਆਦਾ ਕੋਈ ਪ੍ਰੋਫੈਸ਼ਨ ਹੈ ਇਹ ਲੋਕਾਂ ਨੂੰ ਮਤਲਬ ਦੋਨੇ ਪਾਸੇ ਜਾਓ ਤੁਸੀਂ ਹਰਿਆਣਾ ਨੇ ਕੀਤੀ ਕੀ ਹਾਲ ਹੋਇਆ ਪ੍ਰੋਫੈਸ਼ਨ ਦਾ ਕੀ ਸਟੇਟਾਂ ਦੇ ਵਿੱਚ ਹੈ ਉੱਥੇ ਕੀ ਹਾਲ ਹੈ ਕਿਵੇਂ ਮਿਲ ਜਾਂਦੀ ਹੈ ਮੇਰਾ ਕਹਿੰਦਾ ਮਤਲਬ ਹੈ ਕਿ ਆਪਾਂ ਨੂੰ ਲੋਕਾਂ ਨੂੰ ਸਮਝਾਉਣਾ ਪੈਣਾ ਹੈ ਕਿ ਸ਼ਰਾਬ ਦਾ ਜੋ ਹੈ ਇੱਕ ਤਾਂ ਜਿਹੜੀ ਰਿਯੂਮਰ ਹੋ ਗਈ ਹੈ ਨਾ ਕਿ ਜੇ ਸ਼ਰਾਬ ਪੀਣਾ ਇਹ ਬਾਰ ਮਰ ਜਾਂਦਾ ਇਹ ਜੋ ਡਿਸਇਨਫੈਕਟੈਂਟ ਹੈ 40% ਹੈ 60% ਹੈ ਜੇ ਵਾਇਰਸ ਨੂੰ ਤੁਸੀਂ ਹੱਥ ਸਕਿਨ ਚ ਮਲੋ ਤਾਂ ਮਰ ਵੀ ਪੀ ਲਾਂਗੇ ਤੇ ਸ਼ਾਇਦ ਇੱਕ ਗਲਤ ਹੈ ਇਹ ਅੱਜਕਲ ਕੀ ਆ ਰਿਹਾ ਹੈ ਕਿ ਜਿਹੜੀ ਸ਼ਰਾਬ ਦੇ ਨਾਲ ਜਿਹੜੀ ਬੋਡੀ ਦੀ ਇਮਿਊਨਿਟੀ ਹੈ ਸਾਡੀ ਜਿਹੜੀ ਅੰਦਰਲੀ ਤਾਕਤ ਹੈ ਕੋਈ ਵੀ ਇਨਫੈਕਸ਼ਨ ਨੂੰ ਲੜਨ ਵਾਸਤੇ ਉਹਨੂੰ ਇਹ ਵੀ ਕਰਦਾ ਹੈ ਅਗਰ ਤਾਂ ਤੁਸੀਂ ਥੋੜਾ ਬਹੁਤਾ ਮਾਈਲਡ ਡੋਜ਼ ਲੈਂਦੇ ਆ ਸ਼ਾਇਦ दैट ਮੇ ਨਾਟ ਬੀ ਅਫੈਕਟਿੰਗ ਬਟ ਜਿਹੜੀ ਲੋਕਾਂ ਨੂੰ ਆਦਤ ਹੈ ਟੂ ਟੇਕ ਲਾਰਜ ਅਮਾਉਂਟ ਉਹ ਇਹਦੇ ਵਿੱਚ ਪਾਰਟਿਕੁਲਰਲੀ ਇਨ ਥਿਸ ਪੈਂਡੈਮਿਕ ਤੁਸੀਂ ਆਪਣੀ ਇਮਿਊਨਿਟੀ ਨੂੰ ਖਰਾਬ ਕਰ ਰਹੇ ਹੋ ਉਹਦੇ ਨਾਲ ਤੁਹਾਨੂੰ ਇਨਫੈਕਸ਼ਨ ਹੋਣ ਦੇ ਚਾਂਸ ਜ਼ਿਆਦਾ ਹੈ ਅਗਰ ਹੋ ਗਈ ਤੁਹਾਨੂੰ ਕੰਪਲਿਕੀਸ਼ਨ ਹੋਣ ਦੇ ਚਾਂਸ ਜ਼ਿਆਦਾ ਹੈ ਸ਼ਰਾਬ ਨਹੀਂ ਲੈਣੀ ਚਾਹੀਦੀ ਡਾਕਟਰ ਸਾਹਿਬ ਸਮਾਂ ਘਟਿਆ ਅਖੀਰ ਚ ਆਪਣੇ ਖੂਬਸੂਰਤ ਸ਼ਬਦਾਂ ਰਾਈ ਪੰਜਾਬੀਆਂ ਨੂੰ ਦੱਸੋ ਖੁਸ਼ਖਬਰ ਕਦੋਂ ਮਿਲੇਗੀ ਕਰੋਨਾ ਕਦੋਂ ਜਿਹੜਾ ਟਲੇਗਾ ਮੈਂ ਇਹ ਬੇਨਤੀ ਕਰਾਂਗਾ ਕਿ ਜਿਹੜੀਆਂ ਮਾਸਕ ਵਾਲੀ ਪ੍ਰਕਾਸ਼ਨ ਹੈ ਉਹ ਜ਼ਰੂਰ ਲਓ ਇਹ ਹੀ ਤਰੀਕਾ ਹੈ ਆਪਣੇ ਆਪ ਨੂੰ ਬਚਾਂਦਾ ਦੂਸਰ ਨੂੰ ਬਚਾਂਦਾ ਕੱਟ ਕੱਟ ਚ ਨਾ ਜਾਓ ਅਗਰ ਕੋਈ ਆਪਣਾ ਜੋ ਹੈ ਉਹਨਾਂ ਨੂੰ ਸਮਝਾਓ ਕੋਈ ਤਰੀਕਾ ਉਹਨ ਵੀ ਦਕਾ ਹੈ ਅਗਰ ਤੁਸੀਂ ਇਹ ਕਹੋ ਕਿ ਮੈਂ ਤੁਹਾਨੂੰ ਹੋਮ ਸਰਵਿਸ ਦੇ ਦਿਆਂਗਾ ਉਪ ਵੀ ਗਏ ਟੂ ਫਾਈਂਡ ਆਊਟ ਬੇਸ ਕੇ ਜੀ ਤੁਸੀਂ ਦੇਖੋ ਆਪ ਨਾ ਆਓ ਸਾਨੂੰ ਲਿਖ ਕੇ ਦੇ ਦਿਓ ਕੀ ਕੀ ਚਾਹੀਦਾ ਅਸੀਂ ਤੁਹਾਡੇ ਘਰ ਭੇਜ ਦੇਾਂਗੇ ਕਿਉਂਕਿ ਇਹ ਹੋਮ ਵਾਲਾ ਇਹ ਚੀਜ਼ ਆਪ ਨੂੰ ਮੈਕੈਨਿਜ਼ਮ ਕੱਢਨੇ ਪੈਣੇ ਹੈ ਜਿਹੜਾ ਦੇਨ ਜਾਏਗਾ ਮਾਸਕ ਪਹਿਨੇ ਹੋਏਗਾ ਤੁਸੀਂ ਲਾਗੇ ਇੱਕ ਪਾਸੇ ਰੱਖ ਤੋ ਇਹ ਚੀਜ਼ਾਂ ਆਪਾਂ ਨੂੰ ਇਨੋਵੇਟ ਕਰਨੀਆਂ ਪੈਣਗੀਆਂ ਅਗਾਂ ਆਪਾਂ ਨੇ ਇਸ ਤੋਂ ਬਾਹਰ ਆਣੇ ਵਿਦਆਊਟ ਸਫਰਿੰਗ ਮੱਚ ਡਾਕਟਰ ਸਾਹਿਬ ਦਾ ਬਹੁਤ ਧੰਨਵਾਦ ਔਰ ਪੰਜਾਬ ਦੇ ਲੋਕਾਂ ਨੂੰ ਡਾਕਟਰ ਤਲਵਾਰ ਨੇ ਇੱਕ ਮਾਣ ਵਾਲੀ ਗੱਲ ਦੱਸੀ ਹੈ ਵੀ ਪੰਜਾਬੀ ਹਮੇਸ਼ਾ ਹਰੇਕ ਜੰਗ ਜਿੱਤਦੇ ਨੇ ਔਰ ਜੇ ਪੰਜਾਬੀ ਸੇਧ ਲੈ ਲੈਣ ਮਹਾਮਾਰੀ ਦੇ ਪ੍ਰੋਟੋਕੋਲ ਨੂੰ ਪੂਰੀ ਤਰ੍ਹਾਂ ਲਾਗੂ ਕਰ ਦੇਣ ਤੇ ਪੰਜਾਬ ਹੋਰ ਸਟੇਟਾਂ ਲਈ ਇੱਕ ਮਿਸਾਲ ਇੱਕ ਐਗਜ਼ੈਂਪਲ ਬਣ ਸਕਦਾ ਆਸ ਕਰਦੇ ਆ ਵੀ ਪੰਜਾਬੀ ਮਾਸਕ ਪਾਉਣ ਪੰਜਾਬੀ ਸਰੀਰਕ ਵਿਥ ਰੱਖਣ ਪੰਜਾਬੀ ਭੀੜਾਂ ਵਿੱਚ ਨਾ ਜਾਣ ਪੰਜਾਬੀ ਬਾਰ-ਬਾਰ ਹੱਥ ਧੋ ਕੇ ਕਿ ਉਹਨਾਂ ਨੂੰ ਖਰਾਉਣ ਵਿੱਚ ਕਾਮਯਾਬ ਹੋਣ